ਤੁਸੀਂ ਇਹ ਗੱਲ ਦੱਸੀ ਹੈ ਮੈਨੂੰ ਵਿਵੇਕ ਸ਼ਰਮਾ ਜੀ ਨੇ ਕਿ ਸਾਡੇ ਕਈ ਅਜਿਹੇ ਲੋਕ ਨੇ 1090 ਪਟਵਾਰੀ ਦੀ ਪੋਸਟ ਜਿਹੜੀ ਨਹੀਂ ਭਰੀਆਂ ਪੀ ਐਸ ਪੀ ਸੀ ਐਲ ਇਗਜ਼ਾਮ ਵੀ ਹੋ ਚੁੱਕਿਆ ਪਰ ਉਹਦੀ ਪੈਂਡਿੰਗ 6 ਮਹੀਨੇ ਤੋਂ ਪਈ ਹੈ ਪੀ ਐਸ ਈ ਬੀ ਪੀ ਐਸ ਟੀ ਸੀ ਐਲ ਈ ਟੀ ਟੀ ਮਾਸਟਰ ਪੋਜੀਸ਼ਨ ਨੋਟਿਫ ਜੋ 2018 ਤੋਂ ਨੇ ਉਹਦੀ ਰਿਕਰੂਟਮੈਂਟ ਹਾਲੇ ਨਹੀਂ ਹੋਈ ਸਾਨੂੰ ਇਹ ਦੱਸ ਸਕਦੇ ਹੋ ਕਿ ਇਹ ਜਿਹੜੇ 50,000 ਗਵਰਨਮੈਂਟ ਨੌਕਰੀਆਂ ਨੇ ਉਹਦੇ ਵਿੱਚ ਇਹ ਲੋਕ ਰੱਖੇ ਜਾਣਗੇ ਜਾਂ ਨਹੀਂ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪਹਿਲਾਂ ਕਿ ਮੈਂ ਐਲਾਨ ਕੀਤਾ ਹੋਇਆ ਕਿ ਅਗਲੇ ਸਾਲਾਂ 1-2 ਸਾਲ ਦੇ ਵਿੱਚ 1,00,000 ਅਸੀਂ ਸਰਕਾਰੀ ਨੌਕਰੀ ਭਰਾਂਗੇ 50,000 ਇਸ ਸਾਲ 50,000 ਅਗਲੇ ਸਾਲ 4-5 ਮਹੀਨਿਆਂ ਬਾਅਦ ਸੋ ਇਹਦੇ ਵਿੱਚ ਇਹ ਕੈਬਨਿਟ ਦੀ ਹੁਣ ਅਪਰੂਵਲ ਆਉਣੀ ਹੈ ਉਸਦੇ ਔਰ ਮੈਨੂੰ ਪੂਰਾ ਭਰੋਸਾ ਹੈ ਕਿ ਤੁਹਾਡੇ ਜਿਹੜੇ ਸਿਲੈਕਟ ਹੋਏ ਹੋਏ ਨੇ ਇਹ ਇਹਨਾਂ ਦੇ ਵਿੱਚ ਆਉਣਗੇ